ਜੀ, ਮੇਰਾ ਖਿਆਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੰਨੀ ਨਿਕੰਮੀ ਸਰਕਾਰ ਅਤੇ ਇੰਨਾ ਨਿਕੰਮਾ CM ਮੈਂ ਨਹੀਂ ਅਜੇ ਤੱਕ ਵੇਖਿਆ। ਜਿਹੜਾ ਚੀਫ ਮਿਨਿਸਟਰ ਦੁਪਹਿਰ ਦੀ ਰੋਟੀ ਤੋਂ ਬਾਅਦ ਕੁਝ ਹੁੰਦਾ ਅਤੇ ਦੁਪਹਿਰ ਦੀ ਰੋਟੀ ਤੋਂ ਬਾਅਦ ਉਹਦਾ ਮੂਡ ਹੀ ਕੁਝ ਹੋਰ ਹੋ ਜਾਂਦਾ। ਮੇਰਾ ਖਿਆਲ ਬਹੁਤ ਵੱਡੀ ਬਦਕਿਸਮਤੀ ਹੈ, ਬਹੁਤ ਵੱਡੇ ਆਰਥਿਕ ਸੰਕਟ ਵਿੱਚ ਹੈ ਪੰਜਾਬ। ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਪੰਜਾਬ ਨੂੰ ਚਲਾਉਣਾ ਕਿਸ ਤਰ੍ਹਾਂ। ਕਿਸੇ ਬੰਦੇ ਦੀ ਜਿਹੜਾ ਮੁੱਢਲੀ ਗੱਲ ਫੰਡਾਮੈਂਟਲ ਰਾਈਟ 'ਤੇ ਹੈ, ਬੰਦੇ ਦੀ ਜ਼ਿੰਦਗੀ ਅਤੇ ਉਹਦਾ ਕਾਰੋਬਾਰ ਮਹਿਫੂਜ਼ ਹੋਏ ਨਾ। ਪੰਜਾਬ 'ਚ ਕਿਸੇ ਦੀ ਜ਼ਿੰਦਗੀ ਨਾ ਕਾਰੋਬਾਰ ਮਹਿਫੂਜ਼ ਹੈ। ਟੈਕਸਿਸ ਤੋਂ ਇਲਾਵਾ ਕੰਮ ਕੋਈ ਨਹੀਂ। ਵੇਖੋ, ਸਾਰਿਆਂ ਨੂੰ ਵੱਡਾ ਧੋਖਾ ਕੀ ਕੀਤਾ, ਸਾਡਾ ਸੈਸ਼ਨ ਖਤਮ ਹੋਇਆ ਤਾਂ ਅਗਲੇ ਦਿਨ ਟੈਕਸ ਲਾ ਦਿੱਤਾ। ਇਹਨਾਂ ਦੇ ਤੌਰ ਤਰੀਕੇ ਵੇਖੋ, ਮੈਂ ਹੈਰਾਨ ਹਾਂ। ਕੋਲੋਨੀ ਇਲੀਗਲ ਹੈ, ਪਲਾਟ ਲੀਗਲ ਕਰਤਾ। ਇਹ ਕਹਿੰਦਾ ਗਰੀਬ ਬੰਦਿਆਂ ਦਾ 10-10, 15-15, 20-20 ਲੱਖ ਰੁਪਈਆ ਪਲਾਟਾਂ 'ਤੇ ਫਸਿਆ। ਬਟ ਮੈਂ ਸਮਝਦਾ ਕਿ ਉਹਨਾਂ ਨੂੰ ਫਰਦਰ ਫਸਾਏਗਾ ਭਗਵੰਤ ਅਤੇ ਇਹਦੀਆਂ ਪੋਲਸੀਆਂ, ਕਿਉਂਕਿ NOC ਦੇਣ ਦੇ ਨਾਲ ਉਹ ਹੋਰ 20-25 ਲੱਖ ਰੁਪਈਆ ਘਰਾਂ 'ਤੇ ਲਾਣਗੇ, ਰਹਿਣਗੇ ਨਰਕ ਦੇ ਵਿੱਚ। ਮੈਂ ਇਹਨਾਂ ਨੂੰ ਰਾਏ ਦਿੱਤੀ ਸੀ ਬਿੱਲ 'ਤੇ ਬੋਲਦੇ ਕਿ ਤੁਸੀਂ 500 ਗਜ਼ ਵਾਲੇ ਨੂੰ ਇਜਾਜ਼ਤ ਦਿੱਤੀ ਹੈ, ਚੰਗਾ ਕੀਤਾ, ਇਜਾਜ਼ਤ ਦਿਓ, NOC ਦਿਓ ਸਾਰੇ। ਬਟ ਜਿਹੜੇ ਇਲੀਗਲ ਕਾਲੋਨੀ ਵਾਲੇ, ਤੁਹਾਨੂੰ ਪਤਾ ਗਵਰਨਮੈਂਟ ਨੂੰ ਕੌਣ ਨੇ, ਉਹਨਾਂ ਦੇ ਕੋਲੋਂ ਨਾਲ ਹੀ ਕੇਸ ਰਜਿਸਟਰ ਕਰਕੇ ਉਹਨਾਂ 'ਤੇ ਉਹਨਾਂ ਕੋਲ ਪੈਸੇ ਲਏ ਜਾਣ। ਪਹਿਲੇ ਇਨਸ਼ੋਰ ਕਰੋ ਕਿ ਸਾਰੀ ਇਲੀਗਲ ਕਾਲੋਨੀ ਸੀਵਰੇਜ ਪਏ, ਪਾਣੀ ਦਾ ਪ੍ਰਬੰਧ ਹੋਏ, ਬਿਜਲੀ ਦਾ ਪ੍ਰਬੰਧ ਹੋਏ ਅਤੇ ਸੜਕਾਂ ਦਾ ਪ੍ਰਬੰਧ ਹੋਏ। ਅਦਰਵਾਈਜ਼ ਤਾਂ ਲੋਕ ਤਾਂ ਨਰਕ 'ਚ ਰਹਿਣਗੇ ਜੀ। ਅਜੇ ਤਾਂ ਨਿਹਰਾ ਪਲੋਟ ਹੀ ਲਿਆ, ਉਹਦਾ ਮਤਲਬ ਜੋ ਉਹਨਾਂ ਦੀ ਜ਼ਿੰਦਗੀ ਦੀ ਕਮਾਈ ਹੈ ਉਹਨਾਂ ਨੇ ਉੱਥੇ ਰਹਿ ਜਾਣੀ ਹੈ। ਕੱਲ੍ਹ ਨੂੰ ਜੋ ਬਰਸਾਤ ਹੋਈ, ਮੈਨੂੰ ਦੱਸੋ ਜਾਣਗੇ ਕਿੱਥੇ ਜੀ? ਨਾ ਬਿਜਲੀ ਦਾ ਕਨੈਕਸ਼ਨ, ਨਾ ਪਾਣੀ ਦਾ ਕਨੈਕਸ਼ਨ, ਨਾ ਉੱਥੇ ਸੜਕ, ਨਾ ਉੱਥੇ ਸੀਵਰੇਜ। ਸੋ ਗਵਰਨਮੈਂਟ ਆਪਣੀਆਂ ਗਲਤ ਪੋਲਿਸੀਆਂ ਕਾਰਨ ਲੋਕਾਂ ਨੂੰ ਫਰਦਰ ਇਸ ਪਾਸੇ ਧੱਕ ਰਹੀ ਹੈ ਜਿੱਥੇ ਉਹਨਾਂ ਦਾ ਹੋਰ ਨੁਕਸਾਨ ਨੇ। ਗੁਮਰਾਹ ਤਾਂ ਵੇਖੋ ਸਿੱਧੇ ਤੌਰ ਹੈ, ਬਰਗਾੜੀ ਬਹਿਬਲ ਕਲਾਂ ਸਾਰਿਆਂ ਨੂੰ ਵੱਡੀ। ਤੁਸੀਂ ਵੇਖੋ ਬਦਕਿਸਮਤੀ ਸਾਡੀ, ਇੱਕ ਸਿੱਖ ਸੂਬਾ ਦੁਨੀਆ 'ਚ ਇੱਕੋ ਹੀ ਜਿੱਥੇ ਮਜੋਰਟੀ ਸਿੱਖ ਰਹਿੰਦੇ ਨੇ। ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਇਆਂ ਨੂੰ ਕਈ ਸਾਲ ਹੋ ਗਏ। ਕੇਜਰੀਵਾਲ ਨੇ ਅਤੇ ਭਗਵੰਤ ਨੇ ਗੱਲ ਕਹੀ ਸੀ, ਅਸੀਂ 24 ਘੰਟਿਆਂ 'ਚ ਇਹਦਾ ਹੱਲ ਕਰਾਂਗੇ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ 'ਚ ਖੜ੍ਹਾ ਕਰਾਂਗੇ, ਸਜ਼ਾਵਾਂ ਦਵਾਵਾਂਗੇ। ਸੱਚੇ ਸੌਦੇ ਦੇ ਬਾਬੇ ਨੂੰ ਅੱਜ 2 ਸਾਲ ਦੀ ਫਾਈਲ, ਉਹਦੀ ਪ੍ਰੋਸੀਕਿਊਸ਼ਨ ਦੀ ਫਾਈਲ ਭਗਵੰਤ ਦੇ ਟੇਬਲ 'ਤੇ ਪਈ ਨਹੀਂ ਅਜੇ ਤੱਕ। ਉਹਨੂੰ ਇਜਾਜ਼ਤ ਨਹੀਂ ਦਿੱਤੀ ਕਿ ਕਚਹਿਰੀ 'ਚ ਕੇਸ ਚੱਲ ਸਕੇ ਉਹਦੇ ਖਿਲਾਫ਼। ਫਿਰ ਜਿੰਨੇ ਕੇਸ ਨੇ ਪੰਜਾਬ 'ਚੋਂ, ਬਰਗਾੜੀ, ਬਹਿਬਲ ਕਲਾਂ, ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨਾਲ ਜੁੜੇ ਹੋਏ, ਸਾਰੇ ਪੰਜਾਬ ਤੋਂ ਬਾਹਰ ਚਲੇ ਗਏ। ਕਿਤੇ ਵੀ ਗਵਰਨਮੈਂਟ ਆਫ ਪੰਜਾਬ ਨੇ ਇਹ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ 'ਚ ਰਹਿਣੇ ਚਾਹੀਦੇ। ਫਿਰ ਜਿਹੜਾ ਉਹਨਾਂ ਦਾ ਇੱਕ ਇਸ ਟਾਈਮ ਸੱਚੇ ਸੌਦੇ ਵਾਲਿਆਂ ਦਾ ਇੱਕ ਮੇਨ ਆਦਮੀ ਗ੍ਰਿਫਤਾਰ ਕੀਤਾ ਗਿਆ, ਉਹਦੇ ਬਿਆਨ ਲਏ ਗਏ ਨੇ। ਉਹਨੇ 161 ਦੇ ਬਿਆਨ ਦਿੱਤੇ, 164 ਦੇ ਬਿਆਨ ਦਿੱਤੇ, ਬਿਆਨਾਂ ਦੇ ਬਾਵਜੂਦ ਜਿਨ੍ਹਾਂ ਦਾ ਉਹਨੇ ਨਾਂ ਲਿਆ ਕਿ ਇਸ ਕੌਨਸਪਰੇਸੀ ਵਿੱਚ ਸ਼ਾਮਿਲ ਸਨ। ਜਦੋਂ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਡਿਸਕਸ ਹੋਇਆ, ਉਹਨਾਂ ਦਾ ਅਜੇ ਤੱਕ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ। ਫਿਰ ਲਾਰੈਂਸ ਬਿਸ਼ਨੋਈ ਵਾਲਾ ਕੰਮ ਵੇਖੋ, ਇਹ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਭਗਵੰਤ ਕਰ ਸਕਦਾ? ਜਿਨ੍ਹਾਂ ਦੀ ਆਪਣੀ ਪੁਲਿਸ ਇੱਕ ਡਰੈਡਡ ਗੈਂਗਸਟਰ ਨੂੰ ਜੇਲ੍ਹ 'ਚੋਂ ਕੱਢ ਕੇ ਖਰੜ ਦੇ CIA 'ਚ ਖੜਦੀ ਹੈ, ਇੱਕ SP ਲੈਵਲ ਦਾ ਬੰਦਾ ਆਪਣਾ ਮੋਬਾਈਲ ਦੇ ਕੇ ਇੱਕ ਨੈਸ਼ਨਲ ਟੈਲੀਵਿਜ਼ਨ ਦੇ ਨਾਲ 1 ਘੰਟੇ ਦੀ ਇੰਟਰਵਿਊ ਕਰਾਉਂਦਾ? ਇਹੋ ਜਿਹੀ ਸਰਕਾਰ ਨੂੰ ਅਸੀਂ ਆਪਣਾ ਸਮਝ ਸਕਦੇ ਹਾਂ? ਤੀਜੀ ਗੱਲ, ਮੈਂ ਚੱਬੇਵਾਲ 'ਚ ਆਉਣਾ, ਉਹ ਆਦਮੀ ਜਿਹੜਾ ਇੱਥੋਂ ਦਾ MP ਬਣਿਆ, ਉਹਨੇ ਗੁਜ਼ਾਰੀ ਕੀਤੀ ਆਪਣੇ ਵੋਟਰਾਂ ਨਾਲ, ਆਪਣੀ ਮਾਂ ਪਾਰਟੀ ਦੀ ਪਿੱਠੇ ਛੁਰਾ ਮਾਰਿਆ। ਮੈਂ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ, ਕਿਆ ਟਾਈਮ ਆਇਆ
ਠੀਕ ਹੈ ਕਿ ਪਾਰਲੀਮੈਂਟ ਇਲੈਕਸ਼ਨ ਸਾਨੂੰ ਇੰਨਾ ਟਾਈਮ ਨਹੀਂ ਸਾਡੇ ਕੋਲ ਦਿੱਤਾ ਗਿਆ, ਹੁਸ਼ਿਆਰਪੁਰ ਜ਼ਿਆਦਾ ਵਕਤ ਨਹੀਂ ਲਾ ਸਕੇ, ਪਰ ਚੱਬੇਵਾਲ ਦੇ ਵਿੱਚ ਤਾਂ ਪਿੰਡੋ ਪਿੰਡ ਕਰੋ ਘਰ ਸਾਰੀ ਕਾਂਗਰਸ ਦੀ ਲੀਡਰਸ਼ਿਪ ਇਹ ਮੈਸੇਜ ਲੈ ਕੇ ਜਾਏਗੀ ਕਿ ਇਸ ਕਿਸਮ ਦੇ ਲੋਕ ਜਿਹੜੇ ਆਪਣੇ ਪਰਸਨਲ ਮੁਫਾਦ ਵਾਸਤੇ ਆਪਣੀ ਮਾਂ ਪਾਰਟੀ ਦੇ ਪਿੱਠੇ ਛੁਰਾ ਮਾਰ ਸਕਦੇ, ਤੁਹਾਡੇ ਸੱਕੇ ਕਿਸ ਤਰ੍ਹਾਂ ਹੋ ਸਕਦੇ? ਮੇਰੀ ਸੁਣੋ, ਡਾਕਟਰ ਵਾਸਤੇ ਤਾਂ ਇੱਥੇ ਜਗ੍ਹਾ ਕੋਈ ਨਹੀਂ, ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ, ਡਾਕਟਰ ਵਾਸਤੇ ਕੋਈ ਜਗ੍ਹਾ ਨਹੀਂ। ਡਾਕਟਰ ਨੂੰ ਤਾਂ ਪਹਿਲੇ ਚੱਬੇਵਾਲ ਦੇ ਬੇਨਤੀ, ਅਸੀਂ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਾਂਗੇ, ਟਾਈਮ ਆਇਆ ਇਸ ਆਦਮੀ ਨੂੰ ਜਿਹਨੇ ਬਹੁਤ ਅਨਪ੍ਰਿੰਸੀਪਲ ਇਹ ਸਿਆਸਤ ਕੀਤੀ, ਇਹਨੂੰ ਇੱਥੇ ਸਬਕ ਸਿਖਾਉਣਾ ਚਾਹੀਦਾ। ਵੇਖੋ ਡਾਕਟਰ, ਹੁਣ ਉਹ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਪਰਿਵਾਰ ਵਾਸਤੇ ਨਹੀਂ ਚੱਲਦੇ, ਇਸ ਟਾਈਮ ਜੋ ਮੈਨੂੰ ਪਤਾ ਲੱਗਾ ਡਾਕਟਰ ਚੱਬੇਵਾਲ ਟਿਕਟ ਆਪਣੇ ਲੜਕੇ ਨੂੰ ਦੇਣਾ ਚਾਹੁੰਦਾ, ਅਤੇ ਇਸ ਤੋਂ ਵੱਡਾ ਪਰਿਵਾਰਵਾਦ ਹੋਰ ਕੀ ਹੋ ਸਕਦਾ? ਜਿਹੜੇ ਲੜਕੇ ਨੇ ਅਜੇ ਇੱਕ ਦਿਨ ਵੀ ਪਬਲਿਕ ਸਰਵਿਸ ਨਹੀਂ ਕੀਤੀ, ਕਿਸੇ ਪਾਰਟੀ ਵਾਸਤੇ ਕੰਮ ਨਹੀਂ ਕੀਤਾ, ਏਰੀਏ ਵਾਸਤੇ ਨਹੀਂ ਕੀਤਾ, ਅਤੇ ਜੇ ਭਗਵੰਤ ਮਾਨ ਉਸੇ ਨੂੰ ਹੀ ਟਿਕਟ ਫੜਾਉਂਦਾ, ਜਿਹੜੇ ਆਪਦੇ ਲੋਕ ਜਿਹੜੇ ਵੋਲੰਟੀਅਰਸ ਹਨ ਜਿਹੜੇ ਆਪਦਾ ਕੰਮ ਪਿਛਲੇ 8-10 ਸਾਲ ਦਾ ਕਰਦੇ ਨੇ, ਪਹਿਲੇ ਉਹਨਾਂ ਨੂੰ ਪੁੱਛੋ ਉਹਨਾਂ ਦੇ ਮਨ ਦੀ ਕੀ ਗੁਜ਼ਰ।